श्रीकाल, मैं हाँ किरण ते तुसी देख रहे हो हॉट न्यूज़ इंडिया टीवी। लुधियाना दे थाना शिमलापुरी विच उस समय वड्डा हंगामा हो गया जदों परिवारक मसले दा समझौता करवाउण वास्ते पहुंचे लड़के अते लड़की दे परिवारक मेंबर एक दूजे नाल भिड़ गए। पुलिस ने इस मौके कुछ लोगों नूं हिरासत विच लिया ते कहा है कि लड़ाई नूं लैके बनदी कारवाई कीती जावेगी। पुलिस वालों दोहां पार्टियां नूं समझौते लई थाने बुलाया गया सी, पर समझौते तो पहला ही दोवें पार्टियां एक दूजे दे आमो सामने हो गईयां। दोवें पार्टियां दे नाल आए लोग एक दूजे नाल घसुन मुक्की हो गए। इस मौके परिवारक मैंबरां ते पुलिस अधिकारी दा की कहना है, आओ जानदे हां। हॉट न्यूज इंडिया टीवी दे लई लुधियाना तों रजिंदर अरोड़ा दी रिपोर्ट। शाम है तो बाद एक बच्चा भी होया। कुड़ी ने बहुत बार इन्हां नूं समझाया, समझाने के बावजूद यह बंदा नहीं सुधरिया। सुधरन तो बाद इन्हां ने की किया, रोज कुड़ी नूं कुट्टे मारदे सी। 8 महीने में अपने कोल भी रखी, यह मिंता मुंता करके लै गए कुड़ी नूं। उस तों बाद इन्हां दी की प्लानिंग सी सारे परिवार कुड़ी नूं मार कुट के ते इहनू बाहर कढ़ांगे घरों ते बच्चे नूं असीं अपने कोल रखांगे। दो दिन तो इन्होंने बच्चे नूं ना बेटी नूं मेरी नूं अंदर बंद किया होया सी, कमरे दे विच लॉक लगाया होया सी बाहरों, ते बच्चे नूं लै के फरार हो गए। ਇਹ ਤੁਹਾਡੀ ਬੇਟੀ ਆ ਕਿੱਥੇ ਵਿਆਹੀ ਸੀਗੀ? ਗੋਬਿੰਦ ਨਗਰ ਢਾਬੇ ਵਿਆਹੀ ਸੀ। ਤੇ ਹੁਣ ਅੱਜ ਜਿਹੜਾ ਇੱਥੇ ਥਾਣੇ ਦੇ ਵਿੱਚ ਇੰਨਾ ਮਾਮਲਾ ਭੱਗ ਗਿਆ, ਪੁਲਿਸ ਨੇ ਜਿਹੜੇ ਦੇਖੇ ਵੀ ਦੋਨੇ ਧਰ ਆਪਸ ਦੇ ਵਿੱਚ ਲੜ ਪਏ ਫਿਰ ਦੁਬਾਰਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਪੁਲਿਸ ਦਾ ਪੁਲਿਸ ਪ੍ਰਸ਼ਾਸਨ ਹੈਗਾ, ਉਹ ਮਦਦ ਕਰ ਰਿਹਾ ਵਾ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹੈ ਨਹੀਂ ਵਾ, ਜਿਹੜਾ ਮੁੰਡਾ ਹੈਗਾ ਵਿਸ਼ਾਲ ਹੀ ਹੈਗਾ, ਉਹਨੇ ਆਉਂਦੇ ਸਾਰ ਹੀ ਇੱਥੇ ਹੱਥਾਂ ਪਾਈਆ। ਇੱਕੋ ਪਤਾ ਨਹੀਂ ਸ਼ਾਇਦ ਪੁਲਿਸ ਦਾ ਮੁਲਾਜ਼ਮ ਹੈ ਬੰਦਾ ਕੋਈ, ਜਿਹਨੇ ਸਿੰਪਲ ਡਰੈਸ ਪਾਈ ਸਿਵਲ ਡਰੈਸ ਦੇ ਵਿੱਚ ਹੈਗਾ, ਉਹਨੇ ਆ ਕੇ ਬੱਚਿਆਂ ਦੇ ਮਾਰਨਾ ਸਟਾਰਟ ਕੀਤਾ। ਨਹੀਂ, ਤੁਸੀਂ ਇੱਥੇ ਰਾਜੀਨਾਮੇ ਲਈ ਬੁਲਾਇਆ ਸੀਗਾ ਕਿ ਕਰਨਾ ਹੈ? ਅਸੀਂ ਤਾਂ ਆਪਣੀ ਕੰਪਲੇਂਟ ਲਿਖਾਈ ਸੀਗੀ ਇੱਥੇ। ਹਾਂਜੀ, ਕੰਪਲੇਂਟ ਲਿਖਾਈ ਸੀਗੀ ਵੀ ਮੇਰੀ ਕੁੜੀ ਨੂੰ ਇਹਨਾਂ ਨੇ ਕਿਡਨੈਪ ਕੀਤਾ ਹੋਇਆ ਤੇ ਬੱਚਿਆਂ ਨੂੰ ਇਹ ਕਿਡਨੈਪ ਕਰਕੇ ਉੱਥੇ ਲੈ ਗਏ। ਲੇਕਿਨ ਪਰਿਵਾਰ ਦੇ ਦੂਜੀ ਪਾਰਟੀ ਨਾਲ ਜਵਾਈ ਹੈਗਾ, ਉਹਨਾਂ ਗੱਲਬਾਤ ਕੀਤੀ, ਉਹ ਕਹਿੰਦਾ ਬੱਚਾ ਦੇਣ ਵਿੱਚ ਆਇਆ ਸੀ। ਨਹੀਂ ਨਹੀਂ ਨਹੀਂ, ਬੁਲਾਇਆ ਸੀ ਬੱਚਾ ਡਿਪਟੀ ਸਾਹਿਬ ਦੇ। ਡਿਪਟੀ ਸਾਹਿਬ ਦਾ ਤਾਂ ਇਹਨੇ ਫੋਨ ਹੀ ਨਹੀਂ ਚੱਕਿਆ। ਹੁਣ ਰਣਜੀਤ ਜਿਹੜੇ ਜਦੋਂ ਇਹਨਾਂ ਦੇ ਘਰ ਚਲੇ ਗਏ, ਇਹਦੀ ਭੈਣ ਨੂੰ ਫੜ ਕੇ ਲੈ ਕੇ ਆਉਣ ਲੱਗ ਗਏ, ਫਿਰ ਇਹਨੇ ਫੋਨ ਚੱਕਣਾ ਸ਼ੁਰੂ ਕੀਤਾ। ਤੁਸੀਂ ਲੜਕੀ ਦੇ ਪਿਤਾ ਹੋ? ਹਾਂਜੀ ਹਾਂਜੀ, ਮੈਂ ਲੜਕੀ ਦਾ ਪਿਤਾ। ਟੋਰਚਰ ਕੀ ਹੋ ਰਿਹਾ ਸੀ ਮੁੰਡਾ? ਟੋਰਚਰ ਇਹ ਹੈਗਾ ਜੀ, ਉਹਦੇ ਗਲਤ ਰਿਲੇਸ਼ਨ ਸੀਗੀ ਦੂਸਰੀ ਲੇਡੀ ਨੇ, ਇਹਦੀ ਖੁਦ ਹੀ ਭਰਜਾਈ ਹੈ। ਲੇਕਿਨ ਉਹ ਆਰੋਪ ਲਗਾ ਰਿਹਾ, ਇੱਥੇ ਵੀ ਆਰੋਪ ਉਹ ਗਲਤ ਲਗਾ ਰਿਹਾ। ਮੈਂ ਕਹਿ ਰਿਹਾ ਜੀ, ਮੈਂ ਇਹ ਇਸ ਚੀਜ਼ ਦਾ ਗਵਾਹ ਹੈਗਾ ਤੇ ਮੈਂ ਉਹਨੂੰ ਚੈਲੰਜ ਵੀ ਕੀਤਾ, ਜੇ ਮੇਰੀ ਕੁੜੀ ਦੀ ਜਾਤੀ 8-9 ਸਾਲ ਦੀ ਤੁਸੀਂ ਕੌਲ ਡੀਲ ਕਢਾ ਕੇ ਦੇਖ ਲਓ, ਜੇ ਕੁੜੀ ਦੀ ਕੋਈ ਗਲਤੀ ਹੋਈ ਤਾਂ ਜ਼ਿੰਮੇਵਾਰ ਮੈਂ ਹੈਗਾ। ਇਹ ਕਿੰਨਾ ਪੁਰਾਣਾ ਮਾਮਲਾ ਜੀ ਹੁਣ ਤੱਕ? ਇਹ ਤਾਂ 4 ਸਾਲ ਤੋਂ ਚੱਲ ਰਿਹਾ ਵਾ ਜੀ, 1 ਸਾਲ ਤੋਂ ਮੈਂ ਆਪਣੇ ਘਰ ਰੱਖੀ ਹੋਈ ਸੀ ਕੁੜੀ, ਇਹ ਫਿਰ ਲੈ ਗਏ ਸੀਗੇ। ਤੇ ਹੁਣ ਤੁਸੀਂ ਪੁਲਿਸ ਨੂੰ ਕੀ ਕੰਪਲੇਂਟ ਦੇਣ ਆਏ ਹੋ? ਕੰਪਲੇਂਟ ਅਸੀਂ ਤਾਂ ਦਿੱਤੀ ਹੋਈ ਸੀ ਕਿ ਇਹ ਬੱਚਿਆਂ ਨੂੰ ਲੈਣ ਗਏ, ਬੱਚਾ ਇਹਨਾਂ ਨੇ ਭੇਜਿਆ ਹੋਇਆ ਸੀ ਕਿਡਨੈਪ ਕਰਕੇ ਇੱਥੋਂ 2 ਦਿਨ ਹੋ ਗਏ। ਤਾਂ ਅਸੀਂ ਜਦੋਂ ਇੱਥੇ ਸੀ, ਇੱਥੇ ਬੈਠੇ ਹੋਏ ਗੱਲ ਕਰ ਰਹੇ ਸੀਗੇ, ਤਾਂ ਇਹਨਾਂ ਨੇ ਆਉਂਦੇ ਸਰ ਸਾਡੇ ਨਾਲ ਮਾਰ ਕੁੱਟ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਿਡਨੈਪਿੰਗ ਦੀ ਕੋਈ ਝੂਠ, ਬਿਲਕੁਲ ਸਰਾਸਰ ਝੂਠ ਹੈਗੀ ਹੈ। ਮੁੰਡਾ ਹੋਰ ਸੀ, ਉਹ ਸ਼ਾਇਦ ਉਹ ਪੁਲਿਸ ਮੁਲਾਜ਼ਮ ਹੈ, ਸਿਵਲ ਡਰੈਸ ਦੇ ਵਿੱਚ ਆਇਆ, ਉਹਨੇ ਆਉਂਦੇ ਸਾਰ ਮੁੰਡੇ ਨੂੰ ਮਾਰਨਾ ਸ਼ੁਰੂ ਕੀਤਾ ਉਹਨੇ। ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਮਾਰ ਰਹੀ ਤੁਸੀਂ ਪੁਲਿਸ ਸੁਰੱਖਿਆ ਨੂੰ ਜਾ ਸਕਦੇ ਸੀਗੇ? ਮਰਿਆਦਾ ਪੁਲਿਸ ਤਾਂ ਨਾਲ ਸੀ, ਮੈਂ ਵੀ ਇੱਥੇ ਸੀਗਾ, ਇਹਨਾਂ ਦੇ ਚੱਕਰ 'ਚ ਤਾਂ ਮੇਰੇ ਵੀ ਲੱਗ ਗਏ। ਹੋਰ ਨਹੀਂ, ਉਹ ਦੋਨੇ ਆਹਮਣੇ ਸਾਹਮਣੇ ਹੋ ਗਏ, ਹਾਲਾਤ ਦੇਖੇ ਸੀ, ਹਾਲਾਤ ਬੜੇ। ਹਾਂਜੀ, ਕਿਉਂਕਿ ਇਹ ਜਿਹੜਾ ਜੌਨ ਹੈ ਜੀ, ADCP ਜੌਨ, ਜੇ ਸਾਰੇ ਇੱਥੇ ਦੇਖਿਆ ਉੱਚ ਅਧਿਕਾਰੀ ਬੈਠੇ ਹੁੰਦੇ ਆ, ਔਰ ਉਹਨਾਂ ਦੇ ਮੁਰੇ ਹੀ ਸਾਰਾ ਇਹ ਕੁਛ ਹੋਇਆ। ਤੁਹਾਨੂੰ ਲੱਗਦਾ ਨਹੀਂ ਕਿ ਫੈਸਲੇ ਪਿੱਛੇ ਵਿਵਾਦ ਹੁਣ ਭੱਜ ਜਾਣਾ, ਕਿਉਂਕਿ ਪੁਲਿਸ ਥਾਣੇ ਦੇ ਵਿੱਚ ਜਿਹੜੀ ਇਹ ਕੁੱਟਮਾਰ ਹੋਈ ਹੈ, ਲੱਗਦਾ ਨਹੀਂ ਤੁਹਾਨੂੰ? ਨਹੀਂ ਦੇਖੋ ਜੀ, ਇਹ ਤਾਂ ਹੁਣ ਉਹਨਾਂ ਨੂੰ ਸਮਝਦਾਰੀ ਚਾਹੀਦੀ ਸੀ ਕਿ ਇੱਥੇ ਅੱਗੇ ਪੰਗਾ ਨਹੀਂ ਲੈਣਾ ਚਾਹੀਦਾ। ਹੁਣ ਤੁਸੀਂ ਮੰਗ ਕੀ ਕਰਦੇ ਹੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਜਿਹੜੇ ਕੁੜੀ ਦੇ ਨਾਲ ਇਹਨਾਂ ਨੇ ਅਤਿਆਚਾਰ ਕੀਤਾ ਤੇ ਜਿਹੜਾ ਬੱਚੇ ਨੂੰ ਇਹ ਕਿਡਨੈਪ ਕਰਕੇ ਲੈ ਕੇ ਗਏ ਸੀ, ਕੁੜੀ ਵੱਲੋਂ ਜੋ ਬਣਦੀ ਕਾਰਵਾਈ ਹੈ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜਾ ਇਹਦਾ ਪਰਿਵਾਰ ਹੈਗਾ, ਮੁੰਡਾ ਹੁਣ ਲਿਆਂਦਾ ਜੀ ਇਹਨਾਂ ਨੇ, ਜਦੋਂ ਪੁਲਿਸ ਦਾ ਪ੍ਰੈਸ਼ਰ ਪਿਆ ਹੁਣ ਲੈ ਕੇ ਆਏ ਆ। ਮੈਨੂੰ ਤਾਂ ਇਹੀ ਨੀ ਪਤਾ ਹੁਣ ਲੜਾਈ ਕਿਹਦੇ ਨਾਲ ਹੋਈ, ਮੈਂ ਤਾਂ ਅੰਦਰ ਸੀਗਾ, ਮੈਂ ਤਾਂ ਅੰਦਰ ਸੀ। ਠੀਕ ਹੈ ਜੀ। ਦੋ ਤਿੰਨ ਆਪਸ ਦੇ ਵਿੱਚ ਲੜਾਈ ਹੋਈ, ਪਰਿਵਾਰਕ ਸੀ ਵਾਲੇ ਸੀਗੇ, ਔਰਤਾਂ ਵੀ ਸੀਗੀਆਂ ਅਤੇ ਮਰਦ ਵੀ ਸੀ, ਬੰਦੇ ਵੀ ਸੀ। ਸਰ, ਆਪਸੀ ਲੜਾਈ ਹੋਈ ਆ, ਕੀ ਮਾਮਲਾ ਸਰ? ਇਹ ਕੋਈ ਦੋ ਤਿੰਨ ਦਾ ਆਪਸ ਦੇ ਵਿੱਚ ਮਸਲਾ ਸੀਗਾ ਇਹਨਾਂ ਦਾ ਕੋਈ, ਅਤੇ ਇੱਥੇ ਬੁਲਾਇਆ ਸੀ ਇਹਨਾਂ ਨੂੰ,
शायद ए सी पी साहब के ऑफिस कोई चल रही पड़ताल उत्ते बुलाया सी ते थले बाहर खड़े सी आपस में तकरारबाजी हुई है तो हाँ असं कुछ बंदे इतने जो ज़्यादा उच्ची रौला वगैरह पा रहे थे राउंड अप किए पर देखते हैं दे, जो लीगल बंदे हाँ उन्होंने हटाता है फिलहाल असं जो लीगल एक्शन बनता वो लवेंगे।